ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਸਿਹਤ ਤੇ ਸਿੱਖਿਆ ਬਹੁਤ ਲਾਜ਼ਮੀ ਹੈ ਅਤੇ ਸਿਹਤਮੰਦ ਦਿਮਾਗ ਲਈ ਸਿਹਤਮੰਦ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਰੁਣਾ ਚੌਧਰੀ ਸਿੱਖਿਆ ਮੰਤਰੀ ਪੰਜਾਬ ਨੇ ਰਣਜੀਤ ਬਾਗ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਸਿਹਤ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ। ਬਾਗ ਦੇ ਵਿੱਚ ਇੱਕ ਮੈਡੀਕਲ ਹੈਲਥ ਕੈਂਪ ਲਗਾਇਆ ਗਿਆ ਜਿਹਦੇ ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ 'ਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਈ ਬਜ਼ੁਰਗ, ਕਈ ਲੇਡੀਜ਼ ਨਹੀਂ ਪਹੁੰਚ ਸਕਦੀਆਂ, ਛੋਟੀ ਮੋਟੀ ਬਿਮਾਰੀਆਂ ਦੀ ਆਪੇ ਦਵਾਈ ਲੈ ਕੇ ਕਿਸੇ ਵੀ ਦੁਕਾਨ ਤੋਂ ਲੈ ਕੇ ਆਪਣੀ ਕੋਈ ਤਕਲੀਫ ਹੈ ਉਹਨੂੰ ਦਵਾ ਦਿੰਦੀਆਂ ਨੇ, ਜਦਕਿ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਜਿਹੜਾ ਹੈ ਉਹ ਲੈਣਾ ਚਾਹੀਦਾ, ਕਿਉਂਕਿ ਬਾਅਦ 'ਚ ਇਹੀ ਛੋਟੀ ਮੋਟੀਆਂ ਸ਼ਿਕਾਇਤਾਂ ਨੇ ਇਹੀ ਵੱਧ ਕੇ ਵੱਡੀ ਕੋਈ ਬਿਮਾਰੀ ਬਣ ਸਕਦੀ। ਸੋ ਇਹ ਬੜਾ ਚੰਗਾ ਉਦਮ ਕੀਤਾ ਸਾਰੀ ਪਿੰਡ ਨੇ, ਸਾਰੀ ਪੰਚਾਇਤ ਨੇ ਰਲ ਕੇ, ਔਰ ਸਾਰੇ ਡਾਕਟਰਸ ਦੀ ਟੀਮ ਇੱਥੇ ਬੈਠੀ ਹੈ ਜਿਹਦੇ ਵਿੱਚ ਆਈ ਸਪੈਸ਼ਲਿਸਟ ਔਰ ਜਨਰਲ ਹੈਲਥ ਡੈਕਟਰ ਔਰ ਸਾਰੀਆਂ ਤਰ੍ਹਾਂ ਦੀਆਂ ਸੁਵਿਧਾ ਜਿਹੜੀਆਂ ਇੱਥੇ ਦਿੱਤੀਆਂ ਗਈਆਂ ਨੇ, ਔਰ ਬੀਪੀ, ਸ਼ੂਗਰ ਇਹਨਾਂ ਦੇ ਚੈੱਕਅਪ ਵੀ ਇੱਥੇ ਫ੍ਰੀ ਹੋ ਰਿਹਾ, ਔਰ ਫ੍ਰੀ ਮੈਡੀਸਨ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕੀਤੀਆਂ ਜਾ ਰਹੀਆਂ ਨੇ। ਆਪਾਂ ਅੱਜ ਖਾਲਸਾ ਦਸਾਇਨਾ ਦਿਵਸ ਦੇ ਸਮਰਪਿਤ ਅੱਜ ਪਹਿਲਾ ਮੈਡੀਕਲ ਕੈਂਪ ਲਾਇਆ ਜਿਹਦੇ ਵਿੱਚ ਔਰਥੋ ਹੱਡੀਆਂ ਦੇ ਡਾਕਟਰ, ਬੱਚਿਆਂ ਦੇ ਸਪੈਸ਼ਲਿਸਟ, ਦੰਦਾਂ ਦੇ, ਅੱਖਾਂ ਦੇ ਅਤੇ ਹੋਰ ਵੀ ਹਰੇਕ ਬਿਮਾਰੀਆਂ ਦੀ ਜਿਹੜੇ ਇਲਾਜ ਵਾਸਤੇ ਇੱਥੇ ਡਾਕਟਰ ਅੱਜ ਕੈਂਪ ਲਗਾਇਆ ਗਿਆ। ਇਹਦੇ ਵਿੱਚ ਮੁਫਤ ਦਵਾਈਆਂ, ਹੋਰ ਤਰ੍ਹਾਂ ਦੇ ਜਿਹੜੇ ਵੀ ਮੈਡੀਕਲ ਚੈੱਕਅਪ, ਬਲੱਡ ਸ਼ੂਗਰ ਵਗੈਰਾ ਸਾਰਾ ਕੁਝ ਇੱਥੇ ਮੁਫਤ ਕੀਤਾ ਜਾ ਰਿਹਾ। ਅਤੇ ਮੁੱਖ ਮਹਿਮਾਨ ਤੌਰ 'ਤੇ ਸਾਨੂੰ ਹੌਸਲਾ ਅਫਜਾਈ ਦੇਣ ਵਾਸਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਜੀ, ਉਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੀਗੇ। ਉਹਨਾਂ ਨੂੰ ਵੀ ਸਾਡੇ ਪਿੰਡ ਰਣਜੀਤ ਬਾਗ ਦੀ ਸਮੂਹ ਪੰਚਾਇਤ ਵੱਲੋਂ ਅਤੇ ਨੌਜਵਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਅਤੇ ਪਰਮਾਤਮਾ ਨੇ ਜੇ ਚਾਹਿਆ ਤਾਂ ਅੱਗੇ ਤੋਂ ਫਿਰ ਇਹ ਕੈਂਪ ਜਿਹੜੇ ਇੱਦਾਂ ਹੀ ਰੂਟੀਨ 'ਚ ਜਾਰੀ ਰੱਖਣਾ।